हाँ जी, स्वागत है जी एक बार फिर तो तुहाडे अपने पीबीके चैनल उते। मैं अवरिंदर सिंह एक बार फिर तो तुहाडे लई हाजिर हाँ जी। कल दी छुट्टी सी जी अपनी, सो अज नवा एपिसोड लेके तुहाडे लई हाजिर हाँ जी। अज जिहड़ा क्वेश्चन आपां पुछिआ सी उहदा वी आंसर देवांगे वीडियो दे एंड विच, ते नवा क्वेश्चन वी पुछांगे तुहाडे कोलों। उस तो पहलां जी एक गुजारिश है तुहाडे अगे कि सारे एपीसोड देखिआ करो, 30 एपीसोड अज तक अपने अपलोड हो चुके आ जो कि बिल्कुल फ्री पतेंदे वाली सीरीज दा एक हिस्सा ने। 30 दे 30 एपीसोड तुसीं देखिओ तां ही 31 एपीसोड ते तुसीं आयो, नहीं ते की होणा जी ਵੀ ਆਪਾਂ ਅਗਲਾ ਐਪੀਸੋਡ ਤੇ ਦੇਖਣਾ ਸ਼ੁਰੂ ਕਰ ਦਾਂਗੇ, ਪਰ ਪਿਛਲੇ ਜਿਹੜੇ ਐਪੀਸੋਡ ਵਿੱਚ ਜੋ ਕੁਝ ਹੋਇਆ ਆਪਾਂ ਨੂੰ ਪਤਾ ਨਹੀਂ ਲੱਗੇਗਾ। ਠੀਕ ਹੈ ਜੀ, ਸੋ ਮੈਂ ਕਹਿੰਦਾ ਪਹਿਲਾਂ ਪਿਛਲੇ ਐਪੀਸੋਡ ਦੇਖੇ ਫਿਰ ਅੱਗੇ ਵਧਿਓ। ਸੋ ਜ਼ਿਆਦਾ ਸਮਾਂ ਨਾ ਗਵਾਉਂਦੇ ਹੋਏ ਸ਼ੁਰੂ ਕਰਦੇ ਹਾਂ ਜੀ ਅੱਜ ਦਾ 31ਵਾਂ ਐਪੀਸੋਡ ਪਤੇਂ ਤੇ ਇਨ ਪੰਜਾਬੀ। ਸੋ ਜੀ ਸ਼ੁਰੂਆਤ ਕਰਦੇ ਹਾਂ ਪਹਿਲੀ ਪੈਨਲ ਤੋਂ, ਸਿਨਿਆਲ ਦੀ ਦਿਵੀਏ ਤੋਂ ਦਿੱਤਰਾਂ ਜੀ ਤੋਂ ਅਈ ਪੇਦੋਨੀ ਵੀ ਜਿਹੜੇ ਪੈਦਲ ਨੇ ਉਹਨਾਂ ਦੀ ਆਵਾਜਾਈ ਬੰਦ ਕੀਤੀ ਗਈ, ਮਨਾਈ ਉਹਨਾਂ ਨੂੰ ਆਵਾਜਾਈ ਕਰਨ ਦੀ। ਠੀਕ ਹੈ ਜੀ, ਜਿਹੜੇ ਰੋਡ ਤੇ ਲੱਗਾ ਹੋਏਗਾ ਉੱਥੇ ਬੰਦੇ ਉਹਨੂੰ ਜਿਹੜੇ ਨੇ ਪੈਦਲ ਹੀ ਜਾਂਦੇ ਪਏ ਨੇ, ਉਹ ਇੱਥੇ ਆਵਾਜਾਈ ਨਹੀਂ ਕਰ ਸਕਦੇ। 145 ਨੰਬਰ ਪੇਜ ਜੀ ਆਪਣਾ ਐਪਨੈਲੋ ਆ, ਦੇਖਦਾ ਪਿਆ ਗੋਲ ਸਰਕਲ ਲਾਲ ਰੰਗ ਦਾ ਵਿੱਚ ਉਹਦੇ ਬੰਦਾ ਜਿਹਾ ਬਣਿਆ। ਸੋ ਵਧਦੇ ਪਹਿਲੇ ਕੁਸ਼ਚਨ ਨਾਲ, ਇਲ ਸਿਨੇ ਆਈ ਦਾ ਫਿਗੂਰਾ ਤੋਂ ਵੇਤਾ ਇਲ ਟ੍ਰਾਂਜ਼ਿਟੋ ਆਈ ਪੇਦੋਨੀ। ਠੀਕ ਹੈ ਜੀ, ਉਹ ਕਹਿੰਦਾ ਪਿਆ ਵੀ ਮਨਾਈਏ ਟ੍ਰਾਂਜ਼ਿਟੋ ਕਰਨ ਦੀ ਪੇਦੋਨੀਆਂ ਨੂੰ। ਠੀਕ ਹੈ ਜੀ, ਬੇਰੋ ਵੀ ਪੈਦਲ ਵਾਲੇ ਬੰਦੇ ਨਹੀਂ ਜਾ ਸਕਦੇ। ਇਲ ਸਿਨੇ ਆਈ ਦਾ ਫਿਗੂਰਾ ਤੋਂ ਕੁਨਸੇਨ ਤੇ ਇਲ ਟ੍ਰਾਂਜ਼ਿਟੋ ਅਲੀ ਉਹ ਤੋਂ ਵੀ ਕੋਲੀ। ਕਹਿੰਦਾ ਜੀ ਗੱਡੀਆਂ ਨੂੰ ਜਾਣ ਦੀ ਇਜਾਜ਼ਤ ਹੈ, ਕਹਿੰਦਾ ਜੀ ਗੱਡੀਆਂ ਨੂੰ ਜਾਣ ਦੀ ਇਜਾਜ਼ਤ ਹੈ, ਕੁਨਸੇਨ ਤੇ ਇਜਾਜ਼ਤ ਹੈ। ਠੀਕ ਹੈ, ਵਧਦੇ ਹਾਂ ਅੱਗੇ। ਇਲ ਸਿਨੇ ਆਈ ਦਾ ਫਿਗੂਰਾ ਤੋਂ ਕੁਨਸੇਨ ਤੇ ਇਲ ਟ੍ਰਾਂਜ਼ਿਟੋ ਆਈ ਮੋਟਰਸਾਈਕਲੀ, ਕਹਿੰਦਾ ਜੀ ਮੋਟਰਸਾਈਕਲਾਂ ਜਾਣ ਦੀ ਇਜਾਜ਼ਤ ਹੈ ਫਿਰ। ਇਲ ਸਿਨੇ ਆਈ ਦਾ ਫਿਗੂਰਾ ਤੋਂ ਕੁਨਸੇਨ ਤੇ ਇਲ ਟ੍ਰਾਂਜ਼ਿਟੋ ਆਈ ਕੁਆਦਰੋਚਿਕਲੀ ਮੋਟੋਰੀ, ਕਹਿੰਦਾ ਕੁਆਦਰੋਚਿਕਲੀ ਮੋਟੋਰੀ ਨੂੰ ਜਾਣ ਦੀ ਇਜਾਜ਼ਤ ਹੈ। ਇਲ ਸਿਨੇ ਆਈ ਦਾ ਫਿਗੂਰਾ ਤੋਂ ਕੁਨਸੇਨ ਤੇ ਇਲ ਟ੍ਰਾਂਜ਼ਿਟੋ ਅਲੇ ਬਿਸਿਕਲ ਤੇ ਵੀ ਸਾਈਕਲ ਵਾਲੇ ਨੂੰ ਜਾਣ ਦੀ ਇਜਾਜ਼ਤ ਹੈ। ਠੀਕ ਹੈ ਜੀ, ਸਾਈਕਲਾਂ ਨੂੰ ਜਾਣ ਦੀ ਇਜਾਜ਼ਤ ਹੈ ਫਿਰ। ਇਲ ਸਿਨੇ ਆਈ ਦਾ ਫਿਗੂਰਾ ਤੋਂ ਵੀ ਤਾਂ ਇਲ ਟ੍ਰਾਂਜ਼ਿਟੋ ਆਈ ਚਿਕਲੋ ਮੋਟੋਰੀ, ਕਹਿੰਦਾ ਜੀ ਮਨਾਹੀ ਆ ਚਿਕਲੋ ਮੋਟੋਰੀ ਨੂੰ, ਪਰ ਨਹੀਂ ਜੀ ਚਿਕਲੋ ਮੋਟੋਰੀ ਵੀ ਜਾ ਸਕਦੇ ਨੇ। ਫਾਲਸੋ। ਇਲ ਸਿਨੇ ਆਈ ਦਾ ਫਿਗੂਰਾ ਤੋਂ ਵਾਲੇ ਦਲੇ ਓਰੇ ਉੱਤੋਂ ਅਲੇ ਓਰੇ ਬੇਨਤੀ, ਵੀ ਸਵੇਰ ਦੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਨਹੀਂ ਹੈ ਇੱਥੇ ਜਾਣ ਦੀ। ਫਾਲਸੋ ਜੀ, ਇਹ ਟੈਂਪਰੇਰੀ ਹੁੰਦਾ, ਇਹਦੇ 'ਚ ਕੋਈ ਟਾਈਮ ਨਹੀਂ ਲੱਗਾ। ਇਲ ਸਿਨੇ ਆਈ ਦਾ ਫਿਗੂਰਾ ਤੋਂ ਇੰਦਿਕਾ ਉਨੇਰੀਆ ਉਰਬਾਨੋ ਰਿਜ਼ਰਵਾਤਾ ਅ ਪਾਰਕੋ ਜੋਕੀ ਇਹਦੀ ਵਿਅਰਥਾ ਬੇਨਤੀ, ਦਿਵਿਆਤਾ ਬੇਨਤੀ ਇੰਜੋਏ ਕਰਨਾ, ਪਾਰਕੋ ਪਾਰਕ ਜੋਕੀ ਖੇਡਣ ਵਾਲਾ। ਕਹਿੰਦਾ ਜੀ ਉਨੇਰੀਆ ਮਤਲਬ ਇੱਕ ਏਰੀਆ ਉਰਬਾਨਾ ਸ਼ਹਿਰ ਦਾ ਰਿਜ਼ਰਵਾਤਾ ਰਿਜ਼ਰਵ ਕੀਤਾ ਹੋਇਆ ਖੇਡਣ ਬਦਲੇ, ਪਾਰਕ ਜਿਹੜਾ ਹੈ ਖੇਡਣ ਬਦਲੇ ਅਤੇ ਇੰਜੋਏ ਕਰਨ ਬਦਲੇ। ਠੀਕ ਹੈ ਜੀ, ਫਾਲਸੋ ਇਹ ਵੀ ਨਹੀਂ ਹੈਗਾ। ਇਲ ਸਿਨੇ ਆਈ ਦਾ ਫਿਗੂਰਾ ਤੋਂ ਉਬਲੀਗਾ ਆਈ ਪੇਦੋਨੀ ਅਚਿਰਕੁਲਾਰੇ ਸੁਲਮਾਰ ਜੀ ਨੇ ਸਿਨਿਸਤਰੋ ਦਾ ਲੱਗਣਾ ਚਾਹਤਾ। ਕਹਿੰਦਾ ਜੀ ਜਿਹੜਾ ਸਿਨੇ ਵਾਲਿਆ ਉਬਲੀਗਾ ਕਰਦਾ ਹੈ, ਜ਼ਰੂਰੀ ਕਰਦਾ ਪੈਦਲਾਂ ਨੂੰ ਆਵਾਜਾਈ ਕਰਨ ਨੂੰ, ਸੁਲਮਾਰ ਜੀ ਨੇ ਸਿਨਿਸਤਰੋ ਵੀ ਆਪਣੇ ਖੱਬੇ ਵਾਲੇ ਪਾਸੇ ਹੀ ਤੁਸੀਂ ਜਾਣਾ, ਕਰੇ ਜਾਤਾ ਦੇ ਖੱਬੇ ਪਾਸੇ ਹੀ ਤੁਸੀਂ ਚਿਰਕੁਲਾਰੇ ਕਰਨਾ। ਠੀਕ ਹੈ ਜੀ, ਐਸੀ ਉਹ ਮਜਬੂਰੀ ਪੈਦਾ ਕਰਦਾ ਹੈ। ਫਾਲਸੋ। ਇਲ ਸਿਨੇ ਵਾਲੇ ਦਾ ਫਿਗੂਰਾ ਤੋਂ ਇੰਦਿਕਾ ਲਿਨਿਸਿਓ ਜੁਨ ਪੇਰਕੋਰਸੋ ਪੈਦੋ ਨਾਲੇ, ਕਹਿੰਦੇ ਜੀ ਇੱਕ ਪੈਦਲਾਂ ਨੇ ਬਦਲੇ ਇੱਕ ਰਾਹ ਬਣਦਾ ਪਿਆ ਇੱਥੇ। ਠੀਕ ਹੈ ਜੀ, ਸੋ ਨਹੀਂ ਜੀ ਇਹ ਵੀ ਨਹੀਂ ਹੈਗਾ। ਫਾਲਸੋ। 145 ਆਪਣਾ ਕੰਪਲੀਟ, ਵਧਦੇ ਹਾਂ ਅੱਗੇ ਜੀ 146 ਨੰਬਰ ਪੇਜ ਤੇ, ਸਿਨੇ ਵਾਲੇ ਆਦਿ ਵੀ ਤੁਸੀਂ ਤਰ੍ਹਾਂ ਸੀ ਤੋਂ ਆਈ ਬੀਕੁਲੀ ਅਬਰਾਚਾ, ਦਿਖਾਇਆ ਵੀ ਸੀ ਤੁਹਾਨੂੰ ਬੀਕੁਲੀ ਅਬਰਾਚਾ ਕੀ ਹੁੰਦਾ ਹੈ ਪਿਛਲੀ ਵੀਡੀਓ ਵਿੱਚ। ਸੋ ਇਹ ਉਹਦਾ ਹੀ ਨਿਸ਼ਾਨ ਆ ਗਿਆ ਜੀ, ਵੇਖੋ ਉਹੀ ਰੇੜਾ ਜਿਹਾ ਤੇ ਇਹ ਬੰਦਾ ਜਿਹੜਾ ਉਹਨੂੰ ਖਿੱਚਦਾ ਪਿਆ। ਠੀਕ ਹੈ ਜੀ, ਬਿਲਕੁਲ ਅਬਰਾਚਾ ਜਿਹੜੀ ਹੱਥਾਂ ਨਾਲ ਗੱਡੀਆਂ ਚੱਲਦੀਆਂ ਨੇ। ਠੀਕ ਹੈ ਜੀ, ਵਧਦੇ ਹਾਂ ਪਹਿਲੇ ਕੁਸ਼ਚਨ ਨਾਲ। ਇਲ ਸਿਨੇ ਵਾਲੇ ਦਾ ਫਿਗੂਰਾ ਤੋਂ ਵੀ ਤਾਂ ਹੈ ਇਲ ਟ੍ਰਾਂਜ਼ਿਟ ਤੋਂ ਆਈ ਬੀਕੁਲੀ ਅਬਰਾਚਾ, ਵੀ ਜਿਵੇਂ ਨਾਮ ਹੈ ਉਵੇਂ ਵੀ ਮਨਾਹੀ ਕਰਦਾ ਪਿਆ ਟ੍ਰਾਂਜ਼ਿਟ ਤੋਂ ਕਰਨ ਦੀ ਬਿਲਕੁਲ ਅਬਰਾਚਾ ਨੂੰ। ਠੀਕ ਹੈ ਜੀ, ਮੇਰੋ। ਇਲ ਸਿਨੇ ਵਾਲੇ ਦਾ ਫਿਗੂਰਾ ਤੋਂ ਕੌਨਸੇਨ ਤੇ ਇਲ ਟ੍ਰਾਂਜ਼ਿਟ ਤੋਂ ਦਿਲੇ ਬਿਚਿਕਲੇ ਤੇ ਇਜਾਜ਼ ਦਿੰਦਾ ਬਿਚਿਕਲੇਤਿਆਂ ਨੂੰ, ਮੇਰੋ। ਇਲ ਸਿਨੇ ਵਾਲੇ ਦਾ ਫਿਗੂਰਾ ਤੋਂ ਕੌਨਸੇਨ ਤੇ ਇਲ ਟ੍ਰਾਂਜ਼ਿਟ ਤੋਂ ਆਈ ਚਿਕਲੋ ਮੋਟੋਰੀ, ਚਿਕਲੋ ਮੋਟੋਰੀ ਨੂੰ ਇਜਾਜ਼ ਦਿੰਦਾ, ਮੇਰੋ। ਇਲ ਸਿਨੇ ਵਾਲੇ ਦਾ ਫਿਗੂਰਾ ਤੋਂ ਕੌਨਸੇਨ ਤੇ ਇਲ ਟ੍ਰਾਂਜ਼ਿਟ ਤੋਂ ਤੇ ਉਹ ਤੋਂ ਵਿਤੂਰ ਹੈ ਕਿ ਤਰ੍ਹਾਂ ਇਹਨਾਂ ਨੂੰ ਹੁਣ ਕਰੇਲੋ ਆਪਾਂ ਇਹਦੇ 'ਚ। ਕਹਿੰਦਾ ਜੀ ਇਜਾਜ਼ਤ ਹੈ ਟ੍ਰਾਂਜ਼ਿਟ ਤੋਂ ਕਰਨ ਦੀ ਉਹ ਤੋਂ ਵਿਤੂਰ ਹੈ ਨੂੰ ਜਿਹੜਾ ਕਿ ਖਿੱਚਦਾ ਪਿਆ ਇੱਕ ਕਰੇਲੋ ਜਿਹੜੀ ਉਹਦੇ ਨਾਲ ਬੰਨੀ ਹੋਈ, ਇੱਕ ਮਤਲਬ ਛੋਟੀ ਜਿਹੀ ਡਾਲਾ ਜਿਹੜਾ ਹੁੰਦਾ ਉਹ ਇਹਦੇ ਨਾਲ ਬੰਨਿਆ ਹੋਇਆ, ਤਾਂ ਵੀ ਉਹਨੂੰ ਵੀ ਇਜਾਜ਼ਤ ਤੇ ਟਰੈਵਲ ਕਰਨੀ। ਹਾਂਜੀ ਹੈਗੀ ਆ, ਬੇਰੋ। ਇਲ ਸਿਨੇ ਵਾਲੇ ਫਿਗੂਰਾ ਤੋਂ ਵੀ ਤਾਇਲ ਟ੍ਰਾਂਜ਼ਿਟੋ ਦੀ ਕਰੇਤੀ ਅਮਾਨੋ, ਕਰੇਤੀ ਅਮਾਨੋ ਹੁੰਦਾ ਜੀ ਹੈਂਡ ਕਾਰਟ, ਜਿਵੇਂ ਕਿ ਆਇਆ ਵੀ ਹੱਥ ਨਾਲ ਖਿੱਚਣ ਵਾਲੀ ਜਿਹੜੀ ਗੱਡੀ ਹੁੰਦੀ ਉਹ ਹੈਂਡ ਕਾਰਟ ਕਹਿੰਦੇ ਨੇ, ਕਰੇਤੀ ਅਮਾਨੋ। ਠੀਕ ਹੈ ਜੀ, ਵਧਦੇ ਅੱਗੇ। ਇਲ ਸਿਨੇ ਵਾਲੇ ਫਿਗੂਰਾ ਤੋਂ ਵਿੰਦੀ ਕਨਸਤਰਾ ਦਾ ਰਿਜ਼ਰਵਾਤਾ ਆਈ ਵਿੰਦੀ ਤੋਰੀ ਅੰਬੂਲਾਂਤੀ, ਕਹਿੰਦਾ ਜੀ ਇਹ ਜਿਹੜਾ ਸਿਨੇ ਵਾਲਿਆ ਇੰਡੀਕੇਟ ਕਰਦਾ ਪਿਆ ਇੱਕ ਸੜਕ ਹੈ ਜਿਹੜੀ ਰਿਜ਼ਰਵ ਹੈ ਇਹ ਵਿੰਦੀ ਤੋਰੀ, ਵਿੰਦੀ ਤੋਰੀ ਹੁੰਦੀ ਵੇਚਣ ਵਾਲੇ। ਠੀਕ ਹੈ ਜੀ, ਅੰਬੂਲਾਂਤੀ ਹੁੰਦਾ ਗਲੀਆਂ, ਜਿਹੜੇ ਗਲੀਆਂ ਵਿੱਚ ਵੇਚਣ ਵਾਲੇ ਹੁੰਦੇ ਨੇ ਉਹਨਾਂ ਲਈ ਇੱਕ ਸੜਕ ਰਿਜ਼ਰਵ ਕੀਤੀ ਹੋਈ, ਇੱਦਾਂ ਇਹ ਪਨੈਲੋ ਕਹਿੰਦੀ ਪਈ ਹੈ। ਫਾਲਸੋ, ਜਿੱਦਾਂ ਕੁਛ ਨਹੀਂ ਕਹਿੰਦੀ ਵੀ। ਇਲ ਸਿਨੇ ਵਾਲੇ ਫਿਗੂਰਾ ਤੋਂ ਵੀ ਤਾਂ ਇਲ ਟ੍ਰਾਂਜ਼ਿਟੋ ਦੇਵੀ ਕੋਲੀਆ ਮੋਤੋਰੇ ਦੁਰਾਂਤੇ ਲਿਓਰੇ ਮਿਰਕਾਤੋ, ਕਹਿੰਦਾ ਜੀ ਮਨਾਈਏ ਟ੍ਰਾਂਜ਼ਿਟੋ ਕਰਨ ਦੀ ਗੱਡੀਆਂ ਨੂੰ ਜਿਹੜੀ ਮੋਟਰ ਨਾਲ ਲੱਗੀਆਂ ਨੇ ਦੁਰਾਂਤੇ ਦੌਰਾਨ ਲਿਓਰੇ ਦੀ ਮਿਰਕਾਤੋ, ਜਿਹੜੀ ਮਿਰਕਾਤੋ ਲੱਗੀ ਹੁੰਦੀ ਹੈ
ਉਦੋਂ ਗੱਡੀਆਂ ਨੂੰ ਮਨਾ ਹੈ ਤਰਾਂਜ਼ਿਤਾਰੇ ਕਰਨ ਦੀ, ਠੀਕ ਹੈ ਜੀ, ਗੱਡੀਆਂ ਨੂੰ ਆਵਾਜਾਈ ਕਰਨ ਦੀ ਮਨਾ ਹੈ। ਫਾਲਸ ਹੋ ਜੀ। ਵਧਦੇ ਅੱਗੇ, ਇਲ ਸੇਨੇ ਵਾਲੇ ਦਾ ਫਿਗੁਰਾ ਤੇ ਉਨ ਸੇਨੇ ਵਾਲੇ ਦੀ ਪੇਰੀਕੋਲੋ, ਕਹਿੰਦਾ ਜੀ ਸੇਨੇ ਵਾਲੇ ਪੇਰੀਕੋਲੋ ਦਾ, ਜਿਵੇਂ ਕਿ ਦਿਖਦਾ ਪਿਆ ਸੇਨੇ ਵਾਲੇ ਪੇਰੀਕੋਲੋ ਦਾ ਨਹੀਂ ਹੈਗਾ, ਦੀਵੀਏ ਤੋਂ ਦਾ ਮਨਾਈ ਦਾ ਨਿਸ਼ਾਨ ਹੈ, ਠੀਕ ਹੈ ਜੀ। ਵਧਦੇ ਅੱਗੇ, ਇਲ ਸੇਨੇ ਵਾਲੇ ਦਾ ਫਿਗੁਰਾ ਤੇ ਵਾਲੇ ਪਰ ਤੁਤੀ ਈ ਵੀਕੋਲੀ ਦੁਰਾਂਤੇ ਲੈ ਔਰੇ ਦੀ ਮਿਰਕਾ ਤੋਂ, ਕਹਿੰਦਾ ਜੀ ਜਿਹੜਾ ਨਿਸ਼ਾਨ ਹੈ ਵੈਲਿਡ ਕਰਦਾ, ਵਾਲੇ ਕਰਦਾ ਪਰ ਤੁਤੀ ਹਰ ਟਾਈਪ ਦੀ ਗੱਡੀਆਂ ਲਈ, ਦੌਰਾਨ ਔਰੇ ਦੀ ਮਿਰਕਾ ਤੋਂ, ਵੀ ਜਦੋਂ ਮਾਰਕੀਟ ਲੱਗੀ ਹੋਵੇ ਉਦੋਂ ਹਰ ਇੱਕ ਗੱਡੀਆਂ ਲਈ ਹੈ ਵੈਲਿਡ ਆ, ਠੀਕ ਹੈ ਜੀ, ਆਪਣੇ ਲੋ ਹਰ ਗੱਡੀਆਂ ਲਈ ਲੱਗਦੀ ਹੈ, ਹਰ ਗੱਡੀਆਂ ਤੇ ਲੱਗਦੀ ਹੈ। ਫਾਲਸੋ ਇਲ ਸੇਨੇ ਵਾਲੇ ਰਫਿਗੁਰਾਤੋ ਵੀਤਾ ਇਲ ਟ੍ਰਾਂਜ਼ਿਟੋ ਦੀ ਵੀ ਖੋਲੀ ਤਰਾਸਿਓਨੇ ਅਨਿਮਾਲੇ, ਕਹਿੰਦਾ ਇਹ ਮਨਾਹੀ ਹੈ ਆਵਾਜਾਈ ਕਰਨ ਦੀ ਗੱਡੀਆਂ ਦੀ, ਤਰਾਸਿਓਨੇ ਅਨਿਮਾਲੇ ਜਿਹੜੀ ਜਿਹੜੀ ਅਨਿਮਾਲੇ ਨਾਲ ਖਿੱਚਿਆ ਜਾਂਦੀ ਹੈ ਉਹ ਗੱਡੀਆਂ ਦਾ ਇੱਥੇ ਆਉਣਾ ਜਾਣਾ ਮਨਾ ਹੈ। ਫਾਲਸੋ ਇਲ ਸੇਨੇ ਵਾਲੇ ਰਫਿਗੁਰਾਤੋ ਵੀਤਾ ਇਲ ਟ੍ਰਾਂਜ਼ਿਟੋ ਅਦੁਨ ਮੋਟੋਚਿਕਲੋ ਆਂਕੇ ਸੇ ਪਿੰਤੋ ਅਬਰਾਚਾ, ਕਹਿੰਦਾ ਜੀ ਮਨਾਹੀ ਹੈ ਆਵਾਜਾਈ ਕਰਨਾ ਮੋਟਰਸਾਈਕਲਾਂ ਦੀ, ਆਂਕੇ ਸੇ ਭਾਵੇਂ ਜੇ ਕਰੋ ਸਪਿਨ ਤੋਂ ਧੱਕਾ ਲਾਉਣਾ ਅਬਰਾਚਾ, ਭਾਵੇਂ ਜੇ ਕਰੋ ਹੱਥਾਂ ਨਾਲ ਵੀ ਮੋਟਰਸਾਈਕਲ ਨੂੰ ਧੱਕਾ ਮਾਰ ਕੇ ਲਿਆਂਦਾ ਤਾਂ ਵੀ ਮਨਾਈਏ ਮੋਟਰਸਾਈਕਲਾਂ ਇੱਥੇ ਆਉਣਾ। ਫਾਲਸੋ, ਠੀਕ ਹੈ ਜੀ, ਮਤਲਬ ਕਿ ਜਿੱਥੇ ਨਿਸ਼ਾਨ ਹੋਵੇ ਸਿਰਫ ਉਹ ਹੀ ਨਹੀਂ ਜਾ ਸਕਦਾ, ਹੁਣ ਇੱਥੇ ਅਬਰਾਚਾ ਨਹੀਂ ਜਾ ਸਕਦੀ ਸੀ ਅਤੇ ਇੱਥੇ ਆਪੇ ਦੋਨੇ ਨਹੀਂ ਜਾ ਸਕਦੇ, ਠੀਕ ਹੈ ਜੀ। ਵਧਦੇ ਹਾਂ ਅੱਗੇ, 146 ਕੰਪਲੀਟ, ਹੁਣ 147 'ਤੇ ਪਹੁੰਚ ਗਏ ਹਾਂ। ਸੇਨੇ ਵਾਲੇ ਦੀ ਦਿਵਿਆ ਤੋਂ ਦੀ ਕਾਂਜੀ ਤੋਂ ਆਈ ਵੀ ਕੋਲੀ ਆ ਤਰਾਸਿਓਨੇ ਅਨਿਮਾਲੇ, ਠੀਕ ਹੈ ਜੀ, ਅਨਿਮਾਲੇ ਦੁਆਰਾ ਖਿੱਚੀ ਜਾਂਦੀ ਹੈ ਤਰਾਸਿਓਨੇ ਅਨਿਮਾਲੇ, ਠੀਕ ਹੈ, ਟਾਂਗਾ ਟਾਈਪ ਕਹਾਂਗੇ ਆਪਾਂ ਇਹਨੂੰ ਇੱਕ। ਵਧਦੇ ਜੀ ਪਹਿਲੇ ਕੁਸ਼ਚਨ ਨਾਲ, ਇਲ ਸੇਨੇ ਵਾਲੇ ਦਾ ਫਿਗੁਰਾ ਤੋਂ ਵੀ ਤਾਇਲ ਤਰਾਂਜੀ ਤੋਂ ਆਈ ਵੀ ਕੋਲੀ ਆ ਤਰਾਸਿਓਨੇ ਅਨਿਮਾਲੇ, ਜਿਹੜੀ ਟਾਂਗੇ ਨੇ ਜਿਹਨੂੰ ਆਪਾਂ ਕਹਾਂਗੇ ਰੇੜੇ ਜਾਂ ਟਾਂਗੇ ਕਹਿ ਲਈਏ, ਉਹਨਾਂ ਦੀ ਬਣਾਈ ਇੱਥੇ ਜਾਣਾ, ਠੀਕ ਹੈ ਜੀ। ਵੇਰੋ ਇਲ ਸੇਨੇ ਵਾਲੇ ਦਾ ਫਿਗੁਰਾ ਤੋਂ ਵੀ ਤਾਇਲ ਤਰਾਂਜੀ ਤੋਂ ਆਈ ਵੀ ਕੋਲੀ ਪ੍ਰੇਨਾਤੀ ਦਾ ਕਵਾਲੀ, ਕਹਿੰਦਾ ਜੀ ਮਨਾਈ ਹੈ ਤਰਾਂਜੀ ਤੋਂ ਕਰਨਾ ਗੱਡੀਆਂ ਦੀ ਜਿਹੜੀਆਂ ਖਿੱਚੀ ਜਾਂਦੀਆਂ ਨੇ ਘੋੜਿਆਂ ਕੋਲੋਂ, ਠੀਕ ਹੈ ਜੀ, ਕਵਾਲੀ ਘੋੜੇ। ਵੇਰੋ ਇਲ ਸੇਨੇ ਵਾਲੇ ਫਿਗੁਰਾ ਤੋਂ ਵੀ ਤਾਇਲ ਚਿਰਕੁਲਾਸੀ ਉਹਨੇ ਅਲੇ ਕਰੋਤ ਸੇ ਅਕਵਾਲੀ, ਸੇਮ ਹੋਈ ਜੀ ਘੋੜਿਆਂ ਵੱਲੋਂ ਖਿੱਚੀ ਜਾਣ ਵਾਲੀ ਗੱਡੀਆਂ ਦੀ ਇੱਥੇ ਮਨਾਈ ਆ, ਕਰੋਤ ਸੇ ਰੱਥ ਕਹਿ ਲਓ ਜਾਂ ਕੋਈ ਗੱਡੀ ਕਹਿ ਲਓ, ਠੀਕ ਹੈ, ਜਿਹੜੀ ਘੋੜੇ ਕੋਲ ਖਿੱਚੀ ਜਾਂਦੀ। ਇਲ ਸੇਨੇ ਵਾਲੇ ਦਾ ਫਿਗੁਰਾ ਤੋਂ ਵੀ ਤਾਇਲ ਤਰਾਂਜ ਤੋਂ ਆਈ ਵੀ ਕੋਲੀ ਤ੍ਰੈਨਾਤੀ ਦਾ ਅਸੀਨੀ, ਅਸੀਨੀ ਕੀ ਹੁੰਦਾ ਜੀ, ਅਸੀਨੀ ਹੁੰਦੇ ਨੇ ਖੋਤੇ ਜਾਂ ਗਧੇ, ਠੀਕ ਹੈ ਜੀ, ਮਤਲਬ ਕਿ ਉਹ ਜਿਹੜਾ ਉਹ ਗਧੇ ਦੁਆਰਾ ਖਿੱਚੀ ਜਾਂਦੀ ਜਿਹੜੀ ਗੱਡੀ, ਉਹਦਾ ਵੀ ਇੱਥੇ ਜਾਣਾ ਮਨਾ ਵੀਤਾ, ਠੀਕ ਹੈ ਜੀ। ਬੇਰੋ ਇਲ ਸੇਨੇ ਵਾਲੇ ਦਾ ਫਿਗੁਰਾ ਤੋਂ ਕੌਨਸੇਨ ਤੇ ਇਲ ਤਰਾਂਜੀ ਤੋਂ ਦੇਈ ਮੋਟਰਸਾਈਕਲ, ਵੀ ਮੋਟਰਸਾਈਕਲਾਂ ਇੱਥੇ ਜਾ ਸਕਦੀਆਂ ਨੇ। ਬੇਰੋ ਇਲ ਸੇਨੇ ਵਾਲੇ ਦਾ ਫਿਗੁਰਾ ਤੋਂ ਕੌਨਸੇਨ ਤੇ ਇਲ ਤਰਾਂਜੀ ਤੋਂ ਦਿੱਲੀ ਉਤੋਂ ਵੀ ਕੋਲੀ, ਕੌਨਸੇਨ ਤੇ ਲਿਖਿਆ ਜੀ ਇਸ ਕਰਕੇ ਟੈਨਸ਼ਨ 'ਚ ਨਹੀਂ ਆਉਣਾ, ਵੀਤਾ ਤੇ ਕੌਨਸੇਨ ਤੇ ਦੋਨਾਂ ਦਾ ਧਿਆਨ ਰੱਖਣਾ ਹੈ, ਇੱਥੇ ਇਜਾਜ਼ਤ ਦਿੰਦਾ ਪਿਆ ਗੱਡੀਆਂ ਨੂੰ, ਠੀਕ ਹੈ ਜੀ। ਸੋ ਵੇਰਵਾ ਇਲ ਸੇਨੇ ਵਾਲੇ ਦਾ ਫਿਗੁਰਾ ਤੋਂ ਵੀਤਾ ਇਲ ਤਰਾਂਜੀ ਤੋਂ ਆਈ ਵੀ ਕੋਲੀ ਅਮੋਤੋਰੇ, ਵੀ ਗੱਡੀਆਂ ਦਾ ਇੱਥੇ ਜਾਣਾ ਮਨਾ, ਹੁਣ ਇੱਥੇ ਮਨਾ ਕਰਨ ਡਿਆ, ਇੱਥੇ ਇਜਾਜ਼ਤ ਦੇਣ ਡਿਆ ਸੀ, ਸੋ ਜਿਹੜਾ ਮਨਾ ਕੀਤਾ ਉਹ ਫਾਲਸ ਹੋ ਗਿਆ। ਇਲ ਸੇਨੇ ਵਾਲੇ ਦਾ ਫਿਗੁਰਾ ਤੋਂ ਵੀ ਗਏ ਇੰਚੇਂਤਰੇ ਬਿਤਾਤੀ ਦਲੇ ਓਰੇ ਉਤੋਂ ਅਲੇ ਓਰੇ ਬੇਨਤੀ, ਵੀ ਗਏ ਹੁੰਦਾ ਜੀ ਵੈਲਿਡ ਹੋਣਾ ਕਿਸੇ ਚੀਜ਼ ਦਾ, ਵੀ ਲਾਗੂ ਹੋਣਾ, ਠੀਕ ਹੈ ਜੀ, ਕਹਿੰਦਾ ਜਿਹੜਾ ਨਿਸ਼ਾਨ ਤੁਹਾਨੂੰ ਦਿਖਾਇਆ ਗਿਆ ਲਾਗੂ ਹੋਏਗਾ ਪਿੰਡਾਂ ਵਿੱਚ ਦਲੇ ਓਰੇ ਉਤੋਂ, ਵੀ 8 ਵਜੇ ਤੋਂ ਲੈ ਕੇ ਸਵੇਰ ਦੇ ਰਾਤ ਦੇ 8 ਵਜੇ ਤੱਕ, ਠੀਕ ਹੈ ਜੀ। ਫਾਲਸੋ ਇਲ ਸੇਨੇ ਵਾਲੇ ਦਾ ਫਿਗੁਰਾ ਤੋਂ ਕੌਨਸੇਨ ਤੇ ਇਲ ਤਰਾਂਜੀ ਤੋਂ ਆਈ ਵੀ ਖੋਲੀ ਅਤਰਾਚਿਓ ਨੇ ਨਿਵਾਲੇ ਸੇ ਮੁਨੀਤੀ ਦਾ ਪਨੋਮਾਤੀ ਚੀ, ਕਹਿੰਦਾ ਜੀ ਇਜਾਜ਼ਤ ਹੈ ਤਰਾਂਜੀ ਤੋਂ ਕਰਨ ਦੀ ਗੱਡੀਆਂ ਨੂੰ ਜਿਹੜੀਆਂ ਕਿ ਜਾਨਵਰ ਦੁਆਰਾ ਖਿੱਚੀ ਵੀ ਜਾਂਦੀਆਂ ਨੇ, ਜੇਕਰ ਉਹਨਾਂ ਦੇ ਮੁਨੀਤੀ ਲੱਗੇ ਨੇ ਪਨੋਮਾਤੀ ਚੀ, ਮਤਲਬ ਜਿਹਨਾਂ ਦੇ ਟਾਇਰ ਲੱਗੇ ਨੇ ਤਾਂ ਉਹ ਜਾ ਸਕਦੇ ਨੇ। ਟਾਇਰ ਮਤਲਬ ਜਿਹੜੇ ਰਬੜ ਵਾਲੇ ਟਾਇਰ ਹੁੰਦੇ ਹੈ ਨਾ ਜੀ, ਤਿੱਕ ਹੁੰਦੇ ਨੇ ਜਿਹੜੇ ਆਪਣੇ ਹੁੰਦੇ ਨੇ ਦੂਸਰੇ ਟਾਇਰ ਲੱਕੜ ਵਾਲੇ, ਹੁਣ ਇੱਥੇ ਪਨੋਮਾਤੀ ਚੀ ਦੀ ਗੱਲ ਕੀਤੀ, ਮਤਲਬ ਕੋਈ ਟਾਇਰਾਂ ਦੀ ਗੱਲ ਕੀਤੀ ਵੀ, ਕਹਿੰਦੇ ਟਾਇਰ ਨੇ ਟਾਇਰ ਨੇ ਤਾਂ ਤੁਸੀਂ ਇੱਥੇ ਤਰਾਂਜੀ ਤੋਂ ਕਰ ਸਕਦੇ ਹੋ। ਫਾਲਸੋ ਇਲ ਸੇਨੇ ਵਾਲੇ ਦਾ ਫਿਗੁਰਾ ਤੋਂ ਇੰਡੀਕਾ ਉਹਨਾਂ ਸਤਰਾ ਦਾ ਰਿਜ਼ਰਵਾ ਤਾਂ ਆਈ ਕਾਰ ਅਗਰੀਕੋਲੀ, ਉਹਨਾਂ ਜੀ ਇੰਡੀਕੇਟ ਕਰਦਾ ਵੇ ਦੇਖ ਸੜਕ ਰਿਜ਼ਰਵ ਹੈ ਕਾਰੀ ਗੱਡੀਆਂ ਅਗਰੀਕੋਲੀ, ਵੀ ਐਗਰੀਕਲਚਰ ਵਾਲੀ ਗੱਡੀਆਂ ਨੂੰ ਰਿਜ਼ਰਵ ਹੈ ਰੋ। ਫਾਲਸੋ ਇਲ ਸੇਨੇ ਵਾਲੇ ਦਾ ਫਿਗੁਰਾ ਤੋਂ ਵੀ ਤਾਂ ਇਲ ਤਰਾਂਜੀ ਤੋਂ ਆਈ ਵੀ ਕੋਲੀ ਅਬਰਾਚਾ, ਕਹਿੰਦਾ ਜੀ ਮਨਾਹੀ ਕਰਦਾ ਤਰਾਂਜੀ ਤੋਂ ਕਰਨ ਦੀ ਜਿਹੜੀ ਗੱਡੀਆਂ ਨੇ ਅਬਰਾਚਾ ਵਾਲੀਆਂ, ਵੀ ਤਾਂ ਇੱਥੇ ਨਹੀਂ ਕਰਦਾ ਪਿਆ ਜੀ, ਵੀ ਤਾਂ ਪਿਛਲੀ ਪੈਨਲ 'ਚ ਕਰਦਾ ਪਿਆ, ਇੱਥੇ ਪੈਨਲ ਹੋ ਰਹੇ, ਇੱਥੇ ਸਿਰਫ ਰੇਡੀਆਂ ਦੀ ਗੱਲ ਕੀਤੀ, ਇਸ ਕਰਕੇ ਰੇਡੀਆਂ ਨੂੰ ਹੀ ਆਪਾਂ ਤਵੱਜੋ ਦਾਂਗੇ। ਫਾਲਸੋ ਇਲ ਸੇਨੇ ਵਾਲੇ ਦਾ ਫਿਗੁਰਾ ਤੋਂ ਵੀ ਤਾਂ ਲਾਚਿਰਕੁਲਾ ਸੋਹਣੇ ਆ ਤੁੱਤੀ ਵੀ ਕੋਲੀ ਸਪ੍ਰੋਵਿਸਤੀ ਦੀ ਮਤੋਰੇ, ਸਪ੍ਰੋਵਿਸਤੀ ਦੀ ਮਤੋਰੇ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਜੀ, ਇਹਦਾ ਮਤਲਬ ਹੁੰਦਾ ਮੋਟਰ ਤੋਂ ਬਿਨਾਂ, ਠੀਕ ਹੈ, ਕਹਿੰਦਾ ਜੀ ਮਨਾਈਏ ਸਰਕੂਲਰ ਕਰਨ ਦੀ ਤੁੱਤੀ ਹਰ ਟਾਈਪ ਦੀ ਗੱਡੀਆਂ ਦੀ ਜਿਹੜੀ ਮੋਟਰ ਤੋਂ ਬਿਨਾਂ ਨੇ। ਫਾਲਸੋ ਹਰ ਟਾਈਪ ਦੀ ਨਹੀਂ, ਸਿਰਫ ਇੱਥੇ ਜਿਹੜੀ ਜਾਨਵਰ ਦੁਆਰਾ ਖਿੱਚੀ ਜਾਂਦੀ ਉਹਦੀ ਗੱਲ ਕੀਤੀ ਗਈ ਹੈ। 147 ਕੰਪਲੀਟ ਜੀ, ਵਧਦੇ ਹਾਂ ਅੱਗੇ 148 ਨੰਬਰ ਪੇਜ, ਸੇਨੇ ਵਾਲੇ ਦੀ ਦਿਵਿਆ ਤੁਹਾਡੀ ਤਰਾਂਜੀ ਤੋਂ ਅਲੇ ਵਿੱਚ ਗਲੇਤੇ, ਸੋ ਇਹ ਪਹਿਲਾਂ ਤੁਹਾਨੂੰ ਦਿਖਦੀ ਪਈ ਹੈ, ਤੁਹਾਨੂੰ ਪਤਾ ਲੱਗਦਾ ਹੀ ਹੋਏਗਾ ਕੀ ਮਤਲਬ ਇਹਦਾ, ਵੀ ਸਾਈਕਲਾਂ ਦਾ ਜਾਣਾ ਮਨਾ, ਠੀਕ ਹੈ ਜੀ। ਵਧਦੇ ਹਾਂ ਅੱਗੇ, ਸੇਮ ਹੋਵੇ ਜਿਵੇਂ ਪਿਛਲੇ ਨੇ, ਇਲ ਸੇਨੇ ਵਾਲੇ ਦਾ ਫਿਗੁਰਾ ਤੋਂ ਵੀ ਤਾਂ ਤਰਾਂਜੀ ਤੋਂ ਅਲੇ ਵਿੱਚ ਗਲੇਤੇ, ਵੀ ਸਾਈਕਲਾਂ ਜਾਣਾ ਮਨਾ। ਵੇਰੋ
Il segnale raffigurato è un segnale di divieto, gli X-Sign è divieto da una hida sign, ok? Vero? Il segnale raffigurato consente il transito ai quadricicli a motore. Esattamente, quadricicli a motore, ok? Vero? Il segnale raffigurato consente il transito ai pedoni, di pedale, esattamente, ok? Vero? Il segnale raffigurato consente il transito ciclomotori a due ruote, doterali, ciclomotori nuovi, e te, esattamente, vero? Il segnale raffigurato vieta il transito ai quadricicli a pedale. Una te zerate annal, ma una canga. Quadricicli a pedale. Quadricicli pedale vi it gadia undiane. Gadiani matlab ek shabd hai cycle hai undiane. Jehdi do cycle aapas jodi undiane. Sidhi jodi undiane te oh char tairan vi ban jandiane aapas vich. Par chaldi hai oh pedal nal pedale. Theek hai ji? Vi oh pedal nal jehdi chaldi vi hai ne. Paave oh char tair wali a unna da itthe jana mana hai. ठीक है जी, वीयता लिखा गया थे, ठीक है जी, यानी कि उन्होंने जाना इतने मना है। सो उम्मीद करते हैं समझ लग गई कि वेरो इल सिनेरियो द फिगुरादो वीयता इन ट्रांजिटो ए तांदेम और इतने भी ध्यान रखियो जी। तांदेम होता है जी एक साइकिल होती है जिसमें दो पैडल होते हैं, मतलब कि दो जने उन्हें पैडल मारते हैं, ठीक है जी। कहना उन्होंने जाना इतने मना है। हाँ जी, सो इतने जाना मना है वेरो। इल सिनेरियो द फिगुरादो वाले दले ओरे 8 अले ओरे 20 वी 8 से लेके 20 तक वैलिड है, सिर्फ फॉल्सो। Il segnale raffigurato consente il transito delle biciclette nelle ore notturne, che andà di consente, isato di andare, transito grandi, seclano, radde tente, tigri, falso, che si vede in andare io. Il segnale raffigurato vieta il transito ai motocicli, che andà di motocicli, andà di motocicli, falso, di te, seclano, di galle che tigri. Il segnale raffigurato vieta il transito ai ciclomotori, che andà di ciclomotori di manai, falso. Il segnale raffigurato indica la presenza di una corsia riservata a biciclette e ciclomotori. Quando gli segnali indicano che la presenza è e così è la riserva special, se la vedete, ciclomotori vedete. Falso. Il segnale raffigurato indica un parcheggio per le biciclette. Quando gli biciclette vedete, se la vedete, parking. Falso. Exor tali vivono pure, vedete anche. Exor non per page. Segnale di divieto di transito ai motocicli. I motocicli di transito bandete. Vedete anche le questioni. Pannello di tono per la dai back, i saltavi, vi smorzano di fiaba dai bande. Il segnale raffigurato vieta il transito ai motocicli, smorzano di fiaba dai bande, vero? Il segnale raffigurato consente il transito ai tricicli e ai quadricicli a motore. Chicken dai tricicli, direi che tanto sei più liberi che in mente, quadricicli a motore. In hanno usato te giandi, ti vedi che li smorzano di aghi, per tricicli e quadricicli, usato te, vero? Il segnale raffigurato consente il transito alle autovetture, vi autovetture inesatte, vero? Il segnale raffigurato consente il transito alle biciclette di segnale inesatte, vero? Il segnale raffigurato vieta il transito ai motocicli di qualsiasi cilindrata. Kendaji manaie, transito grandi, motocicli qualsiasi pavimento di cilindrata, non detto cilindro pavimento di energia, ok? Andiamo a manaie, vero? Il segnale raffigurato consente il transito ai motocicli. Canna isato tende, tigri, ite isato tende su tiana. Isato tiani, vietaia, tigri. Tiana becasgalda, bondolani. Vadde anche. Il segnale raffigurato vieta il transito a tutti i veicoli a due ruote. Canna di manaie, transito grandi, tutti agai tiano. Lo har gaddino, gerinde, do terni, una di manaia. Ok, gi, tio canna vi har do terni gaddino, giana mana. ਪੈਦਾ ਨਹੀਂ ਹੈਗਾ ਜੀ ਦੋ ਟਾਇਰ ਵਾਲੀ ਗੱਡੀ ਵਿੱਚ ਆਪਣੇ ਸਾਈਕਲਾਂ ਵੀ ਆਉਂਦੀਆਂ ਨੇ ਤੇ ਚਿਕਲੋ ਮੋਟਰੀ ਵੀ ਆਉਂਦੀਆਂ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਗਈ ਇਸ ਕਰਕੇ ਇਹ ਫਾਲਸੋ ਆ ਵੱਧ ਅੱਗੇ ਇਲ ਸਿਨੇਰੀ ਦਾ ਫਿਗਰਾਤੋ ਸੀ ਰਿਫੇਰੀਸ਼ੇ ਆਈ ਸੋਲੋ ਮੋਟੋਸਾਈਕਲੀ ਦੀ ਸਿਲਿੰਡਰਾਤਾ ਸੁਪਰੀਅਰ ਆ 125 ਕਹਿੰਦਾ ਜਿਨ੍ਹਾਂ ਦੀ ਸਿਲੰਡਰ ਪਾਵਰ 125 ਤੋਂ ਜ਼ਿਆਦਾ ਹੈ 125 ਸੀਸੀ ਤੋਂ ਜ਼ਿਆਦਾ ਹੈ ਸਿਰਫ ਉਹਨਾਂ ਨੂੰ ਹੀ ਕਿਹਾ ਗਿਆ ਠੀਕ ਹੈ ਜੀ ਸੋਲੀ ਆ ਗਿਆ ਰਿਫੇਰੀਸ਼ੇ ਆ ਗਿਆ ਵੀ ਸਿਰਫ ਉਹਨਾਂ ਨੂੰ ਹੀ ਦੱਸਦਾ ਪਿਆ ਫਾਲਸੋ ਜੀ ਸਾਰੀ ਮੋਟਰਸਾਈਕਲ ਦੀ ਗੱਲ ਕੀਤੀ ਗਈ ਇੱਥੇ Il segnale raffigurato consente il transito ai motocicli dotati di cellula di sicurezza. Un cellula di sicurezza che onda. E onda di extra da motorcycle in agime. Motorcycle di utte hic gaddino abbanate. Non un motivo di utte che shed di pile. Non vedi che chart di pile. Non è tanto cadene di chi salta via. E onda di apna. Cellula di sicurezza. Ecco. Che monta tenta di abbanate. Tote. Tigre. Quando poi mette cellula di sicurezza alla gahoe. ਜੇਕਰ ਉਹਨਾਂ ਦੇ ਫਿੱਟ ਕੀਤਾ ਹੋਵੇ ਤੇ ਉਹ ਉਹਨਾਂ ਨੂੰ ਇਜਾਜ਼ਤ ਹੈ ਇੱਥੇ ਟਰੈਵਲ ਕਰਨ ਦੀ ਉਹਨਾਂ ਨੂੰ ਟ੍ਰਾਂਸਿਟ ਕਰਨ ਦੀ ਫਾਲਸੋ
Il segnale raffigurato vieta il transito ai ciclomotori, che non ciclomotori non te, ma se i carni te, ma non è. Te ha che i ciclomotori non è sir motocicli. Te ha che capire che i ciclomotori di motocicli both carta fare che nasce. La gega di ciclomotori è prehe, non è. So, falso è. Il segnale raffigurato vieta il transito ai quadricicli a motore, che non è di quadricicli, ma non è falso. Il segnale raffigurato è un segnale di pericolo, che non è carta danificata, è falso. Il segnale raffigurato obbliga i motociclisti a servirsi della pista loro riservata. Che nei motocicli hanno servirsi vartò, ti chiedi vartegliana, vartogarna, pista, track loro riservata. Che nei una del track della riserva che taglia obbliga i motocicli hanno che ondi hi vartogarna. Falso? E qui track di garni che ti chiedi, è falso. E sono già una pagina completa, ma di anche 150 di. 150 a Giappone Hojigi, segnale di divieto di transito ai autoveicoli e motoveicoli con 3 o più ruote, 3, 10 o più ruote, dove tieni attento di andare. Motoveicoli, autoveicoli, ti vedi divieto manai, ti vedi vadde anche, è l'equazionale. Il segnale raffigurato vieta il transito ai tutti gli autoveicoli, che andai har gaddirate già manai, tutti gli autoveicoli, ti vedi vieta manai, vero? Il segnale raffigurato vieta il transito ai tre cicli a motore, che ne tenterano i gradini italiani, ma non è vero? In presenza del segnale raffigurato è permesso il transito ai motocicli, che ne di zazate, transito grandi, motocicli grandi, motocicli grandi, zazate, che quindi serve due terreni. So, tentera la gela hoega, non zazate ne hegi, due terreni zazate hegi. Vedi anche? In presenza del segnale raffigurato è permesso il transito ai ciclomotori a due ruote. I ciclomotori non usano te, dove erano i ciclomotori non usano te e te driver grandi. Il segnale raffigurato vieta il transito ai quadricicli a motore. Vieta, ma non guardare, quadricicli che vedete a terra, ok? Ma non è vero? In presenza del segnale raffigurato è permesso il transito ai veicoli sprovvisti di motore. Che non usano te, driver grandi, vediamo. Sopravvisti di motore ma di motor turbina negli che non esatto le travel vero? In presenza del segnale raffigurato è permesso di transito ai quadricicli a motore, che non è quadricicli non esatto le. Falso? Il segnale raffigurato vieta il transito alle sole autovetture non catalizzate. Ok, che andare manaia se le autovetture non catalizzate, di nate catalizzate in neve, catalizzate a pagheggia che parangi di chi andare, slanza da caivonda. Ok, ho appena che già che parlano se te che non si chiama io chi onda. Per l'altro c'è anche il video che andiamo in manaie, transito grandi, autovetture non, serve autovetture non catalizzate, delle catalizzate in niente. Falso, in presenza del segnale raffigurato è consentito il transito alle autovetture adibite al servizio di taxi. Che andiamo in esatte, transito grandi, autovetture non adibite, ma da quel lagheo in ebisine, al servizio di taxi, del service taxi, del taxi di service car de bene, una nuvisata te e te travel carandi. Falso, nei cansa di dirvi. In presenza del segnale raffigurato è permesso il transito ai tutti i tricicli a motore, che ne tenterali hargardini te usate te gianni. Falso, in presenza del segnale raffigurato è consentito il transito agli autobus, che ne usate te autobus no gianni. Falso, in presenza del segnale raffigurato è consentito il transito agli autocarri, che agli autocarri non già vi te esatte. Nei giri te teni gli austu già da terra lei, per di coi vi, nei già sagri. Vabbè anche lì. Segnale di divieto di transito agli autobus, vi autobus da, ma non è niente, ti chiedi, il secondo numero di pagina. Vabbè anche lì, il segnale raffigurato indica di, il divieto di transito agli autobus, vi già, vi passante te già, ma non è, vero? In presenza del segnale raffigurato è consentito il transito alle autovetture, le autovetture già disate. In presenza del segnale raffigurato è consentito il transito agli autocarri, gli autocarri già disate. Siamo il transito agli motocicli, i motocicli già disate, vero? In presenza del segnale raffigurato è consentito il transito agli autocaravan, siamo gli autocaravan già disate, vero? Il segnale raffigurato vieta il transito anche gli autobus di massa a pieno carico inferiore a 3,5 tonnellate. Kendaji vieta e manaia transito grandi, autobus no, massa vagen pieno carico full parche inferiore a 10,5 tonnellate.
ਕਹਿੰਦਾ ਜੀ 3.5 ਟਨ ਤੋਂ ਵੀ ਜੇ ਕਰਾਉਣਾ ਦਾ ਵੇਟ ਘੱਟ ਹੋਵੇ ਫੁੱਲ ਭਰਨ ਤੇ ਵੀ ਤਾਂ ਵੀ ਉਹਨਾਂ ਦਾ ਜਾਣਾ ਇੱਥੇ ਮਨਾ ਹੈ। ਫਿਰੋ ਇਨ ਪ੍ਰੈਜ਼ੈਂਸ ਦਲ ਸੈਨੀਅਰ ਦਾ ਫਿਗੂਰਾ ਤੋਂ ਹੈ ਕੰਸੈਂਟੀਟੋ ਇਲ ਟ੍ਰਾਂਜ਼ਿਟੋ ਇਨ ਟ੍ਰਾਂਜ਼ਿਟੋ ਅਲੀ ਆਟੋਬਸ ਟੂਰਿਸਟੀਚੀ ਕਹਿੰਦੇ ਟੂਰਿਸਟ ਵਾਲੀ ਬੱਸ ਨੂੰ ਇੱਥੇ ਜਾਣ ਦੀ ਇਜਾਜ਼ਤ ਹੈ। ਫਾਲਸੋ ਇਲ ਸੈਨੀਅਰ ਦਾ ਫਿਗੂਰਾ ਸੈਨੀਅਲਾ ਉਹਨਾਂ ਕੋਰਸਾ ਰਿਜ਼ਰਵਾਤਾ ਅਲੀ ਆਟੋਬਸ ਕਹਿੰਦਾ ਜੀ ਆਟੋਬਸ ਵੀ ਜਿਹੜੀ ਬੱਸਾਂ ਨਾਲ ਹੀ ਇੱਕ ਸਪੈਸ਼ਲ ਕੁਰਸੀ ਬਣਿਆ ਹੋਇਆ। ਫਾਲਸੋ ਇਲ ਸੈਨੀਅਰ ਦਾ ਫਿਗੂਰਾ ਤੋਂ ਪ੍ਰਣੁੰਚਾ ਉਹਨਾਂ ਏਰੀਆ ਦੀ ਸੋਸਤਾ ਪੈਰ ਆਟੋਬਸ ਟੂਰਿਸਟੀਚੀ ਕਹਿੰਦੇ ਟੂਰਿਸਟ ਵਾਲੀ ਬੱਸਾਂ ਬਦਲੇ ਇੱਥੇ ਸਪੈਸ਼ਲ ਕੁਰਸੀ ਬਣਿਆ ਹੋਇਆ। ਕਹਿੰਦੇ ਟੂਰਿਸਟ ਵਾਲੀ ਬੱਸਾਂ ਬਦਲੇ ਇੱਥੇ ਇੱਕ ਕਹਿੰਦੇ ਟੂਰਿਸਟ ਵਾਲੀ ਬੱਸਾਂ ਬਦਲੇ ਸੋਸਤਾ ਕਰਨ ਲਈ ਇੱਕ ਅਲੱਗ ਤੋਂ ਏਰੀਆ ਬਣਿਆ ਹੋਇਆ। ਫਾਲਸੋ ਇਨ ਪ੍ਰੈਜ਼ੈਂਸ ਦਲ ਸੈਨੀਅਰ ਦਾ ਫਿਗੂਰਾ ਤੋਂ ਹੈ ਕੰਸੈਂਟੀਟੋ ਇਲ ਟ੍ਰਾਂਜ਼ਿਟੋ ਅਲੀ ਸਕੂਲ ਬੱਸ ਕਹਿੰਦਾ ਜੀ ਜਲ ਤੇ ਸਕੂਲ ਬੱਸ ਨੂੰ ਠੀਕ ਹੈ। ਫਾਲਸੋ ਇਲ ਸੈਨੀਅਰ ਦਾ ਫਿਗੂਰਾ ਤੋਂ ਵੀ ਹੈ ਟ੍ਰਾਂਜ਼ਿਟੋ ਅਲੇ ਉਤੋਂ ਕਾਰਾਵਾਨ ਕਹਿੰਦਾ ਜੀ ਉਤੋਂ ਕਾਰਾਵਾਨ ਨੂੰ ਇੱਥੇ ਮਨਾਈ ਹੈ ਜਾਣ ਦੀ। ਫਾਲਸੋ ਇਲ ਸੈਨੀਅਰ ਦਾ ਫਿਗੂਰਾ ਤੋਂ ਇਹ ਵਾਰੀ ਦਾ ਸੋਲੋ ਨਹੀਂ ਜੋਰ ਨਹੀਂ ਫੇਰੀ ਆ ਲਈ ਕਹਿੰਦਾ ਜੀ ਇਹ ਸਿਰਫ ਛੁੱਟੀਆਂ ਦੇ ਦਿਨਾਂ ਵਿੱਚ ਹੀ ਵੈਲਿਡ ਆ। ਨਹੀਂ ਜੀ ਸਾਰੇ ਦਿਨਾਂ ਵਿੱਚ ਵੈਲਿਡ ਆਇਆ ਜੀ ਠੀਕ ਹੈ ਜੀ। ਸੋ ਚੰਗਾ ਜੀ ਇਹ ਸੀਗਾ ਆਪਣਾ ਅੱਜ ਦਾ ਐਪੀਸੋਡ, ਮਿਲਾਂਗੇ ਨੈਕਸਟ ਐਪੀਸੋਡ ਵਿੱਚ। ਜਾਣ ਤੋਂ ਪਹਿਲਾਂ ਤੁਹਾਡੇ ਕੁਐਸਚਨ ਦਾ ਜਵਾਬ ਦੇ ਦਿੰਦੇ ਹਾਂ ਜੀ। ਸੋ ਪਿਛਲੇ ਐਪੀਸੋਡ ਵਿੱਚ ਮੈਂ ਸਵਾਲ ਪੁੱਛਿਆ ਸੀ ਇਨ ਪ੍ਰੈਜ਼ੈਂਸ ਅਦਲ ਸੈਨੀਅਲ ਰਫੀਗੁਰਾ ਤੋਂ ਸਿਪੋ ਸੁਰਪਸਾਰੇ ਅਦੈਸਤਰਾ ਇਲਤਰਾਮ ਮਾਰਚਾ ਸੇਵੀਆ ਲੋ ਸਪਾਸੀਓ ਨੈਚੇਸਾਰੀਓ ਕਹਿੰਦਾ ਜੇ ਤੂੰ ਆਪਣੇ ਵੱਲੋਂ ਦੇਖ ਜੇ ਕਹਿੰਦੀ ਪਈ ਏ ਸਿਪੋ ਵੀ ਕਰ ਸਕਦੇ ਹਾਂ ਸੁਰਪਸਾਰੇ ਓਵਰਟੇਕ ਸੱਜੇ ਤੋਂ ਵੀ ਇਲਤਰਾਮ ਇਨ ਮਾਰਚਾ ਵੀ ਜਿਹੜੀ ਤਰਾਮ ਜਾਂਦੀ ਪਈ ਉਹਨੂੰ ਆਪਾਂ ਸੱਜੇ ਤੋਂ ਵੀ ਓਵਰਟੇਕ ਕਰ ਸਕਦੇ ਹਾਂ ਸੇਵੀਆ ਲੋ ਸਪਾਸੀਓ ਨੈਚੇਸਾਰੀਓ ਵੀ ਜੇਕਰ ਉੱਥੇ ਸਪੇਸ ਹੈਗਾ ਲੋੜੀਂਦਾ ਜੇਕਰ ਉੱਥੇ ਲੋੜੀਂਦਾ ਸਪੇਸ ਹੈਗਾ ਨੈਚੇਸਾਰੀਓ ਲੋੜੀਂਦਾ ਸਪਾਸੀਓ ਸਪੇਸ ਵੀ ਕਹਿੰਦੇ ਜੇਕਰ ਉੱਥੇ ਜਗ੍ਹਾ ਹੈ ਤੁਸੀਂ ਸੱਜੇ ਤੋਂ ਵੀ ਓਵਰਟੇਕ ਕਰ ਸਕਦੇ ਹੋ। ਹਾਂਜੀ ਟਰਾਮ ਨੂੰ ਆਪਾਂ ਸੱਜੇ ਤੋਂ ਓਵਰਟੇਕ ਕਰ ਸਕਦੇ ਹਾਂ ਤੇ ਖੱਬੇ ਤੋਂ ਵੀ ਕਰ ਸਕਦੇ ਹਾਂ, ਸੱਜੇ ਖੱਬੇ ਦੋਨੋਂ ਸਾਈਡ ਤੋਂ ਕਰ ਸਕਦੇ ਹਾਂ, ਸਿਰਫ ਟਰਾਮ ਨੂੰ ਕਰ ਸਕਦੇ ਹਾਂ, ਗੱਡੀਆਂ ਨੂੰ ਨਹੀਂ ਕਰ ਸਕਦੇ, ਇਹਦਾ ਧਿਆਨ ਰੱਖਿਓ। ਠੀਕ ਹੈ ਜੀ ਵੱਧਦੇ ਹਾਂ ਅਗਲੇ ਕੁਐਸਚਨ ਨਾਲ। ਓਕੇ ਜੀ ਇਹ ਜੀ ਆਪਣਾ ਅੱਜ ਦਾ ਸਵਾਲ ਇਲ ਸੈਨੀਅਰ ਦਾ ਫਿਗੂਰਾ ਤੋਂ ਪ੍ਰਣੁੰਚਾ ਉਂਤਰਾਤੋ ਦੀ ਕਰੇ ਜਾਤਾ ਜ਼ਰੂਚੋ ਲੇ ਵਰੇ ਠੀਕ ਹੈ ਜੀ ਵੈਰੋ ਜਾਂ ਫਾਲਸੋ ਜਾਂ ਪਤਾ ਨਹੀਂ, ਤਿੰਨਾਂ ਚੋਂ ਇੱਕ ਆਪਸ਼ਨ ਹੈ ਤੁਹਾਡੇ ਕੋਲ। ਕਮੈਂਟਾਂ ਰਾਹੀਂ ਸਾਨੂੰ ਦੱਸਿਓ ਵੈਰੋ ਦਾ ਵੀ ਫਾਲਸੋ ਦਾ ਐਫ ਤੇ ਪਤਾ ਨਹੀਂ ਦਾ ਪੀ ਪਾ ਦਿਓ ਭਾਵੇਂ। ਠੀਕ ਹੈ ਜੀ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ, ਤਦ ਤੱਕ ਲਈ ਰੱਬ ਰਾਖਾ।